हाँ जी, गुड मॉर्निंग जी। एपीसोड 112 एपीसोड ते तुसी पिछले एपीसोड ते देखे अपने पलंबर दियां सापां को पैपां पाईयां पईयां ते हुण भी पलंबर काम करी जांदे ने उपर। मैं उपरों हुण ही उहनां कोलों आया ते हुण थल्ले प्लास्टर बहुत खिचदा पाईयां ने ते घट्टो घट्ट उपरों अद्धी कोठी प्लास्टर करती ते आ देख लो पछाण उहनूं हटाती हैगी पाईयां ने। ਘਰੋਂ ਵੀ ਪਲਸਤਰ ਹੋ ਗਏ, ਇੱਥੋਂ ਬਾਹਰੋਂ ਵੀ ਪਲਸਤਰ ਹੋ ਗਈ ਅਤੇ ਲੱਗੇ ਪਏ ਹੈਗੇ ਬਾਈ ਅਰਗੇ, ਬਸ ਕਰ ਦੇਣਗੇ ਜੀ ਤੂੰ ਹੀ। ਹਾਂਜੀ, ਪਿੱਛੇ ਦੇਖੋ ਤੁਸੀਂ ਉੱਪਰ ਦਿਖਾਉਣਾ ਤੋਂ, ਆਹ ਦੇਖੋ ਪਿੱਛੇ ਪਲਸਤਰ ਹੋ ਗਿਆ ਨਾ ਸਾਰਾ ਉੱਪਰ, ਅਤੇ ਉੱਪਰ ਅੰਦਰ ਪਲਸਤਰ ਹੋ ਗਿਆ, ਹੁਣ ਥੱਲੇ ਲੱਗੇ ਪਏ ਆ ਬਾਈ ਅਰਗੇ ਪਲਸਤਰ ਕਰਨ। ਠੀਕ ਹੈ ਜੀ, ਆਹ ਥੱਲੇ ਵਾਲਾ ਜਿਹੜਾ ਆਪਣਾ ਇੱਕ ਬੈਡਰੂਮ ਬਣਾਇਆ ਆਪਾਂ ਉਹਦੇ 'ਚ ਪਲਸਤਰ ਕਰੀ ਜਾਂਦੇ ਹਾਂ ਅੱਜ, ਅਤੇ ਬਾਈ ਨੇ ਮਸਾਲਾ ਸਾਰਾ ਲਾ ਤਾ ਅਤੇ ਇੱਧਰ ਇੱਟਾਂ ਉੱਟਾਂ ਸਾਰੀਆਂ ਘੜਤੀਆਂ, ਸਫਾਈ ਸਫੂਈ ਕਰਤੀ ਜਿਹੜੀ ਆ ਉੱਧਰ ਵਿਚਾਲੇ ਲਾਈ ਹੋਈ ਸੀਗੀ ਸਪੋਰਟ, ਅਤੇ ਇੱਧਰ ਲੱਗੇ ਪਏ ਹੈਗੇ ਬਾਈ ਅਰਗੇ ਪਲਸਤਰ ਕਰਨ। ਬਸ ਆਹ ਰੂਮ ਵੀ ਖਿੱਚ ਦੇਣਾ ਅੱਜ, ਪੈੜਾ ਪੂੜਾ ਲਾਈ ਬੈਠੇ ਨੇ, ਬਸ ਉਹ ਕਰ ਦੇਣਗੇ ਇੱਕ ਦਿਨ 'ਚ ਪਲਸਤਰ, ਇਹ ਇੱਕ ਦਿਨ 'ਚ ਬਾਥਰੂਮ ਕਰਨਗੇ, ਦੋ ਦਿਨਾਂ ਦੇ ਵਿੱਚ ਸਾਰਾ ਬੈਡਰੂਮ ਪਲਸਤਰ ਹੋ ਜੂਗਾ। ਹਾਂਜੀ ਜੀ, ਆਪਾਂ ਉੱਪਰੋਂ ਦੇਖੀਏ ਤਾਂ ਸਾਰਾ ਵਿਊ ਆਪਣੀ ਕੋਠੀ ਦਾ ਇੱਦਾਂ ਦਾ ਦਿੰਦਾ ਹੈਗਾ, ਪਛਾਣ ਨਹੀਂ ਆਉਂਦੀ ਹੈਗੀ। ਹੁਣ ਪਹਿਲਾਂ ਤਾਂ ਇਕੱਲੀ ਇੱਟਾਂ ਹੀ ਦਿਸੀ ਜਾਂਦੀਆਂ ਸੀ, ਪਲਸਤਰ ਕਰਨ ਨਾਲ ਬਣਦੀ ਹੈਗੀ ਗੱਲਬਾਤ। ਤਾਂ ਆਹ ਆਪਣਾ ਪੈਰਾਗੋਲਾ ਡਿਜ਼ਾਇਨ ਆ ਗਿਆ, ਆਹ ਢੋਲ ਦੇ ਵਿੱਚ ਇਮਲੀ ਘੋਲੀ ਹੋਈ ਹੈ ਇਮਲੀ, ਆਹ ਦੇਖੋ ਇਮਲੀ ਘੋਲੀ ਪਈ ਆ ਬਾਈ ਅਰਗਿਆਂ ਦੀ, ਅਤੇ ਇੱਧਰ 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 ਬਾਈ ਅਰਗੇ ਮੇਰਾ ਤਾਂ ਰੋਟੀ ਖਾਈ ਜਾਂਦੇ ਨੇ, 12-1 ਵਜੇ ਖਾਂਦੇ ਹੁੰਦੇ ਹੋ ਨਾ ਬਾਈ ਰੋਟੀ ਤੁਸੀਂ? ਠੀਕ ਆ ਬਾਈ। ਅਤੇ ਇੱਧਰ ਤਰ ਤੁਰ ਕੀਤੀਆਂ ਪਈਆਂ ਕੰਧਾਂ, ਪਲਸਤਰ ਦੀ ਪੂਰੀ ਗੱਲ ਬਣਾਈ ਪਈ ਹੈ ਹੈਗੀ। ਆਪਾਂ ਡਿਊਰਾਗਾਰਡ ਸੀਮੈਂਟ ਲਾਇਆ, ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਨਾ, ਡਿਊਰਾਗਾਰਡ ਡਿਊਰਾਗਾਰਡ ਸੀਮੈਂਟ ਜਿਸ ਕਿ ਸਵਾਹ ਘੱਟ ਆਉਂਦੀ ਆ। ਹਾਂਜੀ, ਅਤੇ ਚਲੋ ਫਿਰ ਆਪਾਂ ਹੁਣ ਮਿਲੀਏ ਅਗਲੇ ਐਪੀਸੋਡ ਵਿੱਚ। ਇੱਕ ਕੱਲ੍ਹ ਤਾਂ ਮੈਨੂੰ ਬੁਖਾਰ ਜਿਹਾ ਚੜਿਆ ਪਿਆ, ਅਤੇ ਨਹੀਂ ਇਹ ਐਪੀਸੋਡ ਆਪਾਂ ਕੱਲ੍ਹ ਬਣਾ ਕੇ ਪਾ ਦਿੰਦੇ, ਸੋ ਕੱਲ੍ਹ ਇੱਥੇ ਆਉਣ ਦੀ ਹਿੰਮਤ ਨਹੀਂ ਪਈ, ਅੱਜ ਵੀ ਥੋੜ੍ਹਾ ਹੈਗਾ, ਸਿਹਤ ਜ਼ਿਆਦਾ ਠੀਕ ਨਹੀਂ ਹੈਗੀ। ਅਤੇ ਚਲੋ ਜੀ, ਫਿਰ ਹੁਣ ਆਪਾਂ ਅਗਲੇ ਐਪੀਸੋਡ ਵਿੱਚ ਮਿਲਦੇ ਹਾਂ, 113 ਐਪੀਸੋਡ ਦੇ ਵਿੱਚ ਮਿਲਦੇ ਹਾਂ ਆਪਾਂ। ਓਕੇ ਜੀ।